ਗੁਰਦੀਪ ਸਿੰਘ ਬਾਠ ਨੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ। ਕੈਬਨਿਟ ਮੰਤਰੀ ਮੀਤ ਹੇਅਰ ਅਤੇ ਚੇਤਨ ਸਿੰਘ ਜੋੜ ਮਾਇਰਾ ਦੀ ਹਾਜ਼ਰੀ ਵਿੱਚ ਹੋਈ ਤਾਜਪੋਸ਼ੀ। ਜ਼ਿਲ੍ਹੇ ਦੇ ਵਿਕਾਸ ਲਈ ਸਿਰ ਤੋੜ ਯਤਨ ਕੀਤੇ ਜਾਣਗੇ, ਕਿਹਾ ਗੁਰਦੀਪ ਸਿੰਘ ਬਾਠ ਨੇ। ਸਰਦਾਰ ਗੁਰਦੀਪ ਸਿੰਘ ਬਾਠ ਨੇ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਯੋਜਨਾ ਕਮੇਟੀ ਬਰਨਾਲਾ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲ ਲਿਆ। ਉਹਨਾਂ ਆਪਣਾ ਅਹੁਦਾ ਕੈਬਨਿਟ ਮੰਤਰੀ ਗੁਰਬੀਰ ਸਿੰਘ ਮੀਤ ਹੇਅਰ ਅਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜ ਮਾਇਰਾ ਦੀ ਮੌਜੂਦਗੀ ਵਿੱਚ ਸੰਭਾਲਿਆ। ਅਹੁਦਾ ਸੰਭਾਲਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰ ਬਾਠ ਨੇ ਕਿਹਾ ਕਿ ਕਮੇਟੀ ਅਧੀਨ ਜਾਰੀ ਹੋਣ ਵਾਲੇ ਵਿਕਾਸ ਫੰਡਾਂ ਨਾਲ ਜ਼ਿਲ੍ਹੇ 'ਚ ਚਹੁੰਪੱਕੀ ਵਿਕਾਸ ਲਈ ਸਿਰ ਤੋੜ ਯਤਨ ਕੀਤੇ ਜਾਣਗੇ ਅਤੇ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ 'ਚ ਵੀ ਪੂਰੀਆਂ ਸਹੂਲਤਾਂ ਯਕੀਨੀ ਬਣਾਈਆਂ ਜਾਣਗੀਆਂ। ਧੰਨਵਾਦ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ, ਸਰਦਾਰ ਭਗਵੰਤ ਸਿੰਘ ਮਾਨ ਜੀ ਦਾ, ਸਾਡੇ ਭਰਾ ਕੈਬਨਿਟ ਮਿਨਿਸਟਰ ਮੀਤ ਹੇਅਰ ਜੀ ਦਾ, ਸਮੁੱਚੀ ਕੈਬਨਿਟ ਦਾ, ਸਮੁੱਚੇ ਆਮ ਆਦਮੀ ਪਾਰਟੀ ਦੇ ਕਾਡਰ ਦਾ, ਜਿਨ੍ਹਾਂ ਦੀ ਬਦੌਲਤ ਅੱਜ ਬਹੁਤ ਵੱਡੀ ਜ਼ਿੰਮੇਵਾਰੀ, ਕਿਉਂਕਿ ਪਹਿਲਾਂ ਇਹ ਜ਼ਿੰਮੇਵਾਰੀਆਂ ਘਰਾਂ 'ਚ ਜਾਂਦੀਆਂ ਹੁੰਦੀਆਂ ਸੀ ਲੀਡਰਾਂ ਦੇ, ਅਤੇ ਅੱਜ ਹੁਣ ਇਹ ਜ਼ਿੰਮੇਵਾਰੀਆਂ ਸਿਰਫ ਆਮ ਆਦਮੀ ਪਾਰਟੀ 'ਚ ਪੋਸੀਬਲ ਨੇ, ਵੀ ਵਰਕਰਾਂ 'ਚ ਆ ਰਹੀਆਂ ਨੇ। ਸੋ ਜਿਵੇਂ ਉਹਨਾਂ ਨੇ ਸਾਡੇ 'ਤੇ ਉਮੀਦ ਕਰਕੇ ਸਾਡੇ ਮੋਢਿਆਂ 'ਤੇ ਇਹ ਜ਼ਿੰਮੇਵਾਰੀ ਦਿੱਤੀ ਆ, ਸੋ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਵੀ ਅਸੀਂ ਪੂਰੀ ਇਮਾਨਦਾਰੀ ਨਾਲ, ਤਨਦੇਹੀ ਨਾਲ ਬਰਨਾਲੇ ਦਾ ਸਿਹਰਾ ਜਿਹੜਾ ਉਹ ਪੂਰੇ ਪੰਜਾਬ 'ਚ ਕਦੇ ਵੀ ਝੁੱਕ ਨਹੀਂ ਦੇਵਾਂਗੇ। ਇਹ ਪਿਆਰ ਆ ਜੀ, ਮੁਹੱਬਤ ਆ। ਦੇਖੋ ਅਸੀਂ ਤਾਂ ਇੱਥੇ ਹੀ ਹਾਂ, 24 ਘੰਟੇ ਸਵੇਰੇ ਆ ਜਾਂਦੇ ਹਾਂ। ਮੈਂ ਤਾਂ ਪਹਿਲਾਂ ਹੱਸਦਾ ਹੁੰਦਾ ਸੀ, ਮੈਂ ਕਿਹਾ ਤੁਸੀਂ ਕਹਿਣਾ ਵੀ ਜਿੰਦਰਾ, ਜਿਵੇਂ ਮੰਤਰੀ ਜੀ ਨੇ ਕਿਹਾ ਵੀ ਪਹਿਲਾਂ ਜਿੰਦਰਾ ਲੱਗਿਆ ਹੋਇਆ ਸੀ। ਮੈਂ ਕਿਹਾ ਵੀ ਅਸੀਂ ਤਾਂ ਮੈਂ ਲੱਗਦਾ ਰਾਤ ਨੂੰ ਵੀ ਨਹੀਂ ਬੰਦ ਕਰਿਆ ਕਰਨਾ, ਕਿਉਂਕਿ ਕੋਈ ਅਸੀਂ 7-8 ਵਜੇ ਤੱਕ ਇੱਥੋਂ ਜਾਇਆ ਕਰਾਂਗੇ, ਸੋ ਅਸੀਂ ਇੱਥੇ ਹੀ ਰਹਿਣਾ। ਸੋ ਇਹੀ ਪਿਆਰ ਮੁਹੱਬਤ ਆ ਵੀ ਹਰ ਬੰਦਾ ਸਾਨੂੰ, ਅਸੀਂ ਅਸੈਸੇਬਲ ਹਾਂ, ਤਾਂ ਹੀ ਉਹ ਸਾਰੇ ਅਪਰੋਚ ਕਰਕੇ ਸਾਡੇ ਤੱਕ ਪਹੁੰਚ ਰਹੇ ਆ। ਸੋ ਇਹ ਮੈਂ ਸਮਝਦਾ ਵੀ ਰਿਣ ਉਹਨਾਂ ਦਾ ਨਹੀਂ ਚੁਕਾ ਸਕਦਾ। ਜਿਹੜੇ ਵੀ ਫੰਡਸ ਆਉਣਗੇ, ਦੇਖੋ ਪਲੈਨਿੰਗ ਕੋਈ ਇਕੱਲੀਆਂ ਇੰਟਰਲੋਕ ਟਾਈਲਾਂ ਪਲੈਨਿੰਗ ਨਹੀਂ ਹੁੰਦੀਆਂ, ਜਿਵੇਂ ਐਕਚੁਅਲ ਤਾਂ ਜਿਵੇਂ ਆਮ ਆਦਮੀ ਪਾਰਟੀ ਦਾ ਬੇਸ ਆ ਵੀ ਜਿਹੜਾ ਐਜੂਕੇਸ਼ਨ ਸਿਸਟਮ ਆ, ਜਿਹੜਾ ਹੈਲਥ ਸਿਸਟਮ ਆ ਸਧਾਰਨ, ਉਹ ਆਮ ਆਦਮੀ ਪਾਰਟੀ ਦਾ ਬੇਸ ਆ। ਸੋ ਇਹੀ ਪਲੈਨਿੰਗ ਆਫ ਅ ਪਾਰਟ ਹੋਊਗਾ। ਸੋ ਹਰ ਚੀਜ਼ ਨੂੰ ਬੜੇ ਠਰੰਮੇ ਨਾਲ, ਬੜੇ ਢੰਗ ਨਾਲ ਪਲੈਨ ਕੀਤਾ ਜਾਊਗਾ, ਅਤੇ ਉਹਨਾਂ ਦੇ ਜਿਹੜੇ ਰਿਜ਼ਲਟ ਆ ਤੁਹਾਨੂੰ ਆਉਣ ਵਾਲੇ। ਇਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਚੇਅਰਮੈਨ ਗੁਰਦੀਪ ਸਿੰਘ ਬਾਠ ਅਤੇ ਸਮੁੱਚੀ ਟੀਮ ਵੱਲੋਂ ਜ਼ਿਲ੍ਹੇ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਮੈਂ ਵਧਾਈ ਦਿੰਦਾ ਉੱਥੇ, ਮੈਂ ਇਹੀ ਉਮੀਦ ਕਰਦਾ ਕਿ ਸਾਡੀ ਸਾਰੀ ਟੀਮ, ਜਿਵੇਂ ਪਹਿਲਾਂ ਅਸੀਂ ਇਲਾਕੇ ਦੀ ਇਮਾਨਦਾਰੀ ਦੇ ਨਾਲ ਸੇਵਾ ਕਰ ਰਹੇ ਹਾਂ, ਆਉਣ ਵਾਲੇ ਸਮੇਂ 'ਚ ਵੀ ਜਿਵੇਂ ਸੂਬਾ ਸਰਕਾਰ ਲਗਾਤਾਰ ਇਮਾਨਦਾਰੀ ਦੇ ਰਸਤੇ 'ਤੇ ਚੱਲਦੇ ਹੋਏ ਸਰਬਪੱਖੀ ਵਿਕਾਸ ਦਾ ਜਿਹੜਾ ਕੰਮ ਹੈ ਉਹ ਕਰ ਰਹੀ ਹੈ, ਇਸ ਤਰ੍ਹਾਂ ਜ਼ਿਲ੍ਹੇ ਦੇ ਵਿੱਚ ਵੀ। ਕਿਉਂਕਿ ਪਿਛਲੇ ਸਮੇਂ ਜਿਵੇਂ ਤੁਸੀਂ ਕਿਹਾ ਕਿ ਇਹ ਕਮਰੇ ਨੂੰ 5 ਸਾਲ ਜਿੰਦਰਾ ਹੀ ਜਿਹੜਾ ਉਹ ਲੱਗਿਆ ਰਿਹਾ, ਪਰ ਹੁਣ ਇਹ ਕਮਰਾ ਜਿਹੜਾ ਲੋਕਾਂ ਦੀ ਸੇਵਾ ਲਈ ਜਿਹੜਾ ਇਹ ਰੋਜ਼ ਖੁੱਲੂਗਾ ਵੀ, ਅਤੇ ਲੋਕਾਂ ਦੀ ਸੇਵਾ ਲਈ ਬੈਠ ਕੇ ਇੱਥੇ ਪ੍ਰਧਾਨ ਜੀ ਕਲਮ ਵੀ ਚਲਾਉਣਗੇ ਅਤੇ ਕੰਮ ਵੀ ਜਿਹੜੇ ਆ ਉਹ ਕਰਨਗੇ। ਸੋ ਮੈਂ ਆਉਣ ਵਾਲੇ ਸਮੇਂ ਲਈ ਬਹੁਤ ਸ਼ੁਭਕਾਮਨਾਵਾਂ ਦਿੰਦਾ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਸਾਡੇ ਭਰਾ ਨੂੰ ਹੋਰ ਤਰੱਕੀ। ਇਸ ਮੌਕੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜ ਮਾਜਰਾ ਨੇ ਵੀ ਗੁਰਦੀਪ ਸਿੰਘ ਬਾਠ ਨੂੰ ਮੁਬਾਰਕਬਾਦ ਦਿੱਤੀ। ਬਾਠ ਦੇ ਅਹੁਦਾ ਸੰਭਾਲਣ ਮੌਕੇ ਵਿਧਾਇਕ ਮਹਿਲ ਕਲਾਂ ਸ਼੍ਰੀ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਭਦੌੜ ਸ਼੍ਰੀ ਲਾਭ ਸਿੰਘ ਉੱਗੋਕੇ, ਸ਼ੁਕਰ ਫੈੱਡ ਦੇ ਚੇਅਰਮੈਨ ਸ਼੍ਰੀ ਨਵਦੀਪ ਸਿੰਘ ਜੀਦਾ, ਪੰਜਾਬ ਸੀਡ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਮਹਿੰਦਰ ਸਿੰਘ ਸਿੱਧੂ, ਜ਼ਿਲ੍ਹਾ ਯੋਜਨਾ ਕਮੇਟੀ ਬਠਿੰਡਾ ਦੇ ਚੇਅਰਮੈਨ ਸ਼੍ਰੀ ਅੰਮ੍ਰਿਤ ਲਾਲ ਅਗਰਵਾਲ, ਜ਼ਿਲ੍ਹਾ ਯੋਜਨਾ ਕਮੇਟੀ ਸੰਗਰੂਰ ਦੇ ਚੇਅਰਮੈਨ ਸ਼੍ਰੀ ਗੁਰਮੇਲ ਸਿੰਘ ਘਰਾਚੋ, ਨਗਰ ਸੁਧਾਰ ਟਰੱਸਟ ਬਰਨਾਲਾ ਦੇ ਚੇਅਰਮੈਨ ਸ਼੍ਰੀ ਰਾਮ ਤੀਰਥ ਮੰਨਾ, ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ, SSP ਸ਼੍ਰੀ ਸੰਦੀਪ ਕੁਮਾਰ ਮਲਿਕ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਪਰਮਵੀਰ ਸਿੰਘ, ਉਪ ਮੰਡਲ ਮੈਜਿਸਟਰੇਟ ਬਰਨਾਲਾ ਅਤੇ ਤਪਾ ਸ਼੍ਰੀ ਗੋਪਾਲ ਸਿੰਘ, ਮੁੱਖ ਮੰਤਰੀ ਦਫ਼ਤਰ ਫੀਲਡ ਅਫਸਰ ਸ਼੍ਰੀ ਸੁਖਪਾਲ ਸਿੰਘ, ਜ਼ਿਲ੍ਹਾ ਪ੍ਰਧਾਨ ਮਾਨਸਾ ਸ਼੍ਰੀ ਜਸਪਾਲ ਸਿੰਘ ਦਾਤੇਵਾਸ ਅਤੇ MC ਰੁਪਿੰਦਰ ਸਿੰਘ ਸ਼ੀਤਲ ਇਤਿਆਦੀ ਹਾਜ਼ਰ ਸਨ। ਸਾਰਿਆਂ ਨੇ ਸਰਦਾਰ ਬਾਠ ਨੂੰ ਇਸ ਮੌਕੇ ਲੱਖ ਲੱਖ ਵਧਾਈਆਂ ਦਿੱਤੀਆਂ।